फिरने भी जाना। ले लो चुप्पी। ओहो बस शॉल सुना लो कोटी हुए वे मेरे लिए भी रखने शॉल है ना। माँ फिर हूँ तो धुप निकले हाँ नाले हूँ अपने कोटी पाई हुई है ना। आजो बनी से ला दे मुझे दरवाजा हाथ से टूटे मुझे दूर तो कुछ नहीं। बाहर तक कुत्ते साढ़े पिछे बह गए थे पता कि मैं ऐसी पेड़ जे थे मैं नहीं पता क्या होया नहीं पता क्या होया असि ना उधर असि ना पेड़ ते झूला ले रहे ठीक है। एक असि ना अपा ने रस्सी नहीं बनी भी उधर बह के सेम रहते झूला रहे थे। मैं तो उपर चढ़िया दसगा पेड़ दे मैं उपर चढ़ के बैठे हुए हाँ मैंने नीचे उतर च थोड़ा टाइम तो लगता सगा ठीक है। बट ना जो कुत्ते भौंकन लग गए क्योंकि ना उन्हें बच्चा जो सगा ना कुत्ता बच्चा वह ना अनमोल के घर चलिया गया ठीक है। ਓਬਾਮਾ ਉਹਨਾਂ ਲੱਗਿਆ ਇੱਕ ਬੰਦਾ ਸਾਈਕਲ 'ਤੇ ਆ ਰਿਹਾ ਸੀਗਾ ਉਹਨਾਂ ਨੂੰ ਲੱਗਿਆ ਉਸਨੇ ਬੋਰੀ 'ਚ ਪਾ ਲਿਆ ਸਾਰੇ ਭੌਂਕਣ ਲੱਗ ਗਏ ਮੈਨੂੰ ਟਾਈਮ ਨਹੀਂ ਮੈਂ ਤਾਂ ਸਿੱਧਾ ਹੀ ਨੀਚੇ ਕੁੱਦ ਗਿਆ। ਬਾਈ ਪੂਰੀ ਕਹਾਣੀ ਵੀ ਦੱਸਣੀ ਆਈ ਹੈ ਕਿਆ ਹੋਇਆ ਸੀਗਾ ਫਿਰ ਤੁਹਾਨੂੰ ਪਤਾ ਹੈ ਉਹ ਤਾਂ ਮੋਲ ਦੇ ਘਰ ਚਲਿਆ ਗਿਆ ਕੁੱਤਾ ਠੀਕ ਹੈ ਉਹਨਾਂ ਨੂੰ ਲੱਗਿਆ ਉਹ ਸਾਈਕਲ 'ਤੇ ਉਹ ਬੋਰੀ 'ਚ ਪਾ ਕੇ ਲਾ ਦੋ ਸਟਰ ਹੈ ਨਾ ਉਹ ਡੋਗੀ ਵੱਢਦਾ ਫਿਰ ਪਤਾ ਕਿਆ ਹੋਇਆ मम्मा
ਮਮਾ ਪਿੱਛੇ ਵਾਲਾ ਸਾਰਾ ਕੁਕਿੰਗ ਦਾ ਦਿਖਾ ਕੇ ਆਵਾਂ। ਹਾਂਜੀ ਦਹੀਂ ਵਿੱਚ ਚੱਪਲਾਂ ਹੀ ਠੀਕ ਨੇ ਫਿਰ ਬੂਟ ਕੱਢਣੇ ਔਖਾ ਤੇ ਮੈਂ ਤਾਂ ਪਾ ਲਈ ਕੀ ਸਬਜ਼ੀ ਸੁਬਜ਼ੀ ਤਾਂ ਪਾ ਲੈ ਬੈਠੇ ਉੱਥੇ ਬੈਠ ਜਾ ਬੇਟੇ ਉੱਥੇ ਆਦਵਿੰਦਰ ਤਾਂ ਉੱਥੇ ਜਾ ਕੇ ਬੈਠ ਗਿਆ। ਲਓ ਜੀ ਆਪਾਂ ਹੁਣ ਆਪਣੇ ਘਰ ਤੋਂ ਇਹ ਦੇਖੋ ਸਾਡੇ ਘਰ ਤੋਂ ਅਸੀਂ ਉਤਾਰ ਦਿੰਦੇ ਹਨ ਉੱਥੇ ਚੱਲੇ ਆ ਬਾਗ ਵਾਲਿਆਂ ਦੇ ਉਹ ਮਾਮੀ ਜੀ ਕੇ ਘਰ ਚੱਲੇ ਆ। ਇਹਨਾਂ ਨੂੰ ਬਾਗ ਵਾਲੇ ਕਿਉਂ ਕਹਿੰਦੇ ਨੇ ਕਿਉਂਕਿ ਇਹ ਨਾ ਜਦੋਂ ਜਿਹੜਾ ਮਰਿੰਡਾ ਕਰਾਲੀ ਆ ਮਰਿੰਡਾ ਇਹ ਬਾਗਾਂ ਵਾਲਾ ਤਾਂ ਵੱਜਦਾ ਕਿਉਂਕਿ ਇੱਥੇ ਪਹਿਲਾਂ ਬਾਗ ਹੁੰਦੇ ਸੀਗੇ ਅੰਬਾਂ ਦੇ ਤੇ ਇੱਥੇ ਸਾਡੇ ਖੇਤਾਂ 'ਚ ਵੀ ਬਾਗ ਹੁੰਦਾ ਸੀ ਉਹ ਪੱਟਦਾ ਤਾਂ ਕਰਕੇ ਫਿਰ ਵੱਜਦੇ ਬਸ ਅੰਬਾਂ ਵਾਲੇ ਹੀ ਨੇ ਬਾਗਾਂ ਵਾਲੇ ਵੀ ਬਾਗ ਵਾਲਿਆਂ ਦੇ ਜਾ ਕੇ ਬਾਗ ਵਾਲਿਆਂ ਦੇ ਮੰਮੀ ਵੀ ਇੱਥੇ ਖੇਡਦੇ ਹੁੰਦੇ ਸੀ ਛੋਟੇ ਹੁੰਦੇ ਅਤੇ ਆਪਣਾ ਜੰਮੇ ਪਲੇ ਨੇ ਅਤੇ ਉਹ ਦੇਖੋ ਕਿੰਨਾ ਵਧੀਆ ਲੱਗ ਰਿਹਾ ਸਾਡਾ ਚਤਾਮਲਾ ਇੱਥੇ ਇੱਕ ਬਹੁਤ ਜ਼ਿਆਦਾ ਹੁੰਦਾ ਇੱਧਰ ਇੱਕ ਘੜਿਆ ਪਿਆ ਅਤੇ ਇੱਧਰ ਆਪਣਾ ਬਾਗ ਵਾਲਿਆਂ ਦਾ ਘਰ ਆ ਗਿਆ ਅਤੇ ਆਪਾਂ ਹੁਣ ਮਾਮੀ ਜੀ ਨੂੰ ਮਿਲਦੇ ਹਾਂ। ਕਿਉਂ ਕਹਿ ਰਿਹਾ ਸੀ ਡਾਕਟਰ ਕਹਿੰਦਾ ਬਾਗਾਂ ਵਾਲੇ ਵਾਲੀ ਬਾਗ ਵਾਲੀ ਮੰਮੀ ਕਿੱਥੇ ਗਈ ਲਓ ਜੀ ਇੱਧਰ ਇਹਨਾਂ ਦੀਆਂ ਮੱਝਾਂ ਨੇ ਮਾਮੀ ਜੀ ਕੀਆਂ ਉਹ ਉੱਥੋਂ ਆਪਾਂ ਸੜਕ ਤੋਂ ਆ ਗਏ ਕਿੰਨਾ ਵਧੀਆ ਖੁੱਲ੍ਹਾ ਡੁੱਲਾ ਹੈ ਵਿਹੜਾ ਹੈ ਇੱਧਰ ਇਹ ਸੰਦਾ ਬੰਦਾ ਹੁੰਦਾ ਸਾਡਾ ਟਰੈਲੀ ਟਰੈਕਟਰ ਮੋਟਰਸਾਈਕਲ ਹੋਰ ਲੈ ਮੰਮੀ ਆ ਰਾਧਵਿੰਦਰ ਤਾਂ ਉਤਰ ਕੇ ਭੱਜ ਵੀ ਗਏ ਅਰਿੰਦਰ ਮੱਥਾ ਤਾਂ ਟੇਕ ਦੇ ਸਤਿ ਸ਼੍ਰੀ ਅਕਾਲ ਬਣਾ ਤਾਂ ਨਾ
ਲਓ ਜੀ ਇੱਧਰ ਮੰਮੀ ਤਾਂ ਮਾਮੀ ਜੀ ਨਾਲ ਗੱਲਾਂ ਮਾਰ ਰਹੇ ਨੇ ਆਦਵਿੰਦਰ ਮੌਜ ਨਾਲ ਬੈਠਾ ਫੋਨ ਤੇ ਚਿੰਬੜਿਆ ਬੈਠਾ ਦੇਖੋ ਜਿਹੜੇ ਸਾਡੇ ਖੇਤਾਂ ਚ ਘਰ ਹੁੰਦੇ ਨੇ ਅਸੀਂ ਪਿੱਛੇ ਵੀ ਮੋਰੀਆਂ ਖੋਲ ਕੇ ਆਰਾਮ ਨਾਲ ਦਿਸ ਜਾਂਦਾ ਨਾਲੇ ਚਾਨਣ ਪੈਂਦਾ ਇਹਨੂੰ ਨੀ ਠੰਡ ਲੱਗਦੀ ਚੱਲਣਾ ਆ ਜਾ ਹੁਣ ਹਾਂ ਇੱਧਰ ਡਰਾਇੰਗ ਰੂਮ ਆ ਗਿਆ ਦੇਖ ਪਹਿਲਾਂ ਆ ਮਾਮੀ ਤੁਸੀਂ ਹੱਥ ਨਾਲ ਬਣਾਈ ਹੋਈ ਫੋਟੋ ਦੇਖ ਮੈਂ ਕਦੀ ਸ਼ਕਲ ਕਿੰਨੀ ਮਿਲਦੀ ਆ ਕਿੰਨਾ ਇੱਕੋ ਹੁੰਦਾ ਹੈ ਨਾ ਇੱਧਰ ਤਾਂ ਬਹੁਤ ਹੁੰਦਾ ਜ਼ਿਆਦਾ ਹਾਂ ਗੰਨੇ ਵੀ ਤੇ ਕਿੜਕਿੜੇ ਕੋਠਿਆਂ ਦੇ ਹੁੰਦੇ ਹੈ ਨਾ